ਪਾਰੀ ਪਰਸੀ ਕਟਨ ਗਿਆ ਸੀ ਖਟਕੇ ਲਿਆਂਦਾ ਤੋਤਾ। ਮੁਝੇ ਅਗਰ ਪੰਜਾਬੀ ਸਹੀ ਬੋਲਣੀ ਨਾ ਆਏ ਤਾਂ ਉਸਕੇ ਲਈ ਮੈਂ ਮਾਜ਼ਰਤ ਖਾ ਹੂੰ, ਹਾਲਾਂਕਿ ਮੈਂ ਪੰਜਾਬਣ ਹੂੰ। ਪਾਰੀ ਪਰਸੀ ਖਟਨ ਗਿਆ ਸੀ ਖਟਕੇ ਲਿਆਂਦਾ ਤੋਤਾ, ਉਹ ਬਾਜਵਾ ਤੇਰਾ ਕੱਖ ਨਾ ਰਵੇ, ਤੂੰ ਕਿੱਥੋਂ ਚੁੱਕ ਕੇ ਲਿਆਂਦਾ ਖੋਤਾ। ਅਸਲਾਮੁ ਅਲੈਕੁਮ ਮਾਈ ਸੋਸ਼ਲ ਮੀਡੀਆ ਫੈਮਿਲੀ, ਉਮੀਦ ਕਰਦੀ ਹੂੰ ਕਿ ਆਪ ਸਭ ਲੋਕ ਇਸ ਜ਼ਮਾਨ ਸੇ ਹੋਂਗੇ, ਖੁਸ਼ਬਾਸ਼ ਹੋਂਗੇ। ਸਿਆਸੀ ਤਜ਼ੀਓ ਔਰ ਤਬਸਰੋਂ ਕੇ ਸਾਥ ਆਪਕੀ ਖਿਦਮਤ ਮੇਂ ਹਾਜ਼ਰ ਹੂੰ। ਔਰ ਯੇ ਜੋ ਕੁਛ ਵੀ ਮਜ਼ਾਹੀਆ ਔਰ ਇਸ ਤਰ੍ਹਾਂ ਕੀ ਚੀਜ਼ੇ ਅਗਰ ਇਸਸੇ ਕਿਸੀ ਕੀ ਦਿਲ ਆਜ਼ਾਰੀ ਹੋਤੀ ਹੈ ਤੋ ਮੈਂ ਐਡਵਾਂਸ ਮੇਂ ਮਾਫ਼ੀ ਮਾਂਗਨੇ ਕੇ ਲੀਏ ਤਿਆਰ ਹੂੰ। ਲੇਕਿਨ ਮੈਂ ਆਪਕੋ ਯੇ ਬਤਾ ਦੂੰ ਕਿ ਕੱਲ ਸੇ ਟਵਿੱਟਰ ਕੇ ਉੱਪਰ ਬੁਸ਼ਰਾ ਬੀਬੀ ਕੇ ਇਸ ਬਿਆਨ ਕੇ ਬਾਅਦ ਕਿ ਉਹਨਾਂ ਨੇ ਕਿਹਾ ਕਿ ਜਬ ਇਮਰਾਨ ਖਾਨ ਸਾਊਦੀ ਅਰਬ ਗਏ ਤੋ ਸਾਊਦੀ ਅਰਬ ਕੇ ਜੋ ਪ੍ਰਿੰਸ ਹੈ ਉਹਨਾਂ ਨੇ ਕਿਹਾ ਕਿ ਇਹ ਕਿੱਥੋਂ ਚੁੱਕ ਲਿਆਂਦਾ, ਤੋ ਤਬ ਸੇ ਨਾ ਇਸ ਕੇ ਉੱਪਰ ਇੱਕ ਟੋਪ ਟ੍ਰੈਂਡ ਬਣ ਚੁੱਕਾ ਹੈ। ਔਰ ਐਸੇ ਐਸੇ ਟੋਪ ਟ੍ਰੈਂਡ ਕੇ ਅੰਦਰ ਮੀਮਸ ਬਣ ਰਹੇ, ਇਮਰਾਨ ਖਾਨ ਕਾ ਮਜ਼ਾਕ ਉੜ ਰਹਾ ਹੈ ਬੁਸ਼ਰਾ ਬੀਬੀ ਕੇ ਇਸ ਬਿਆਨ ਕੀ ਵਜ੍ਹਾ ਸੇ, ਇਤਨੀ ਟ੍ਰੋਲ ਹੋ ਰਹੀ ਹੈ ਬੁਸ਼ਰਾ ਬੀਬੀ ਕਿ ਉਸਕੇ ਉੱਪਰ ਤੋਂ ਬਕਾਇਦਾ ਤੌਰ 'ਤੇ ਮਰੀਮ ਨਵਾਜ਼ ਸਾਹਿਬਾ ਕਾ ਵੀ ਅੱਜ ਰੱਦੀ ਅਮਲ ਆਇਆ ਹੈ। ਔਰ ਜੋ ਮੀਮਸ ਹੈ ਨਾ ਉਹ ਇਤਨੀ ਮਜ਼ਾਹੀਆ ਹੈ ਕਿ ਮੈਂ ਆਪਕੋ ਬਤਾ ਨਹੀਂ ਸਕਤੀ, ਔਰ ਪੂਰੀ ਪੀ ਟੀ ਆਈ ਸਰ ਪਕੜ ਕੇ ਬੈਠੀ ਹੋਈ ਹੈ, ਪੀ ਟੀ ਆਈ ਕੋ ਸਮਝ ਨਹੀਂ ਆ ਰਿਹਾ ਕਿ ਅਬ ਹਮਨੇ ਇਸਕੇ ਉੱਪਰ ਰੱਦੀ ਅਮਲ ਕਿਆ ਦੇਣਾ ਹੈ। ਦੋ ਤਰ੍ਹਾਂ ਕੇ ਇਸ ਪਰ ਨੈਰੇਟਿਵ ਸਾਹਮਣੇ ਆ ਰਹੇ ਹੈ, ਦੋਨੋਂ ਨੈਰੇਟਿਵ ਅੱਜ ਮੈਂ ਆਪਕੋ ਸਾਥ ਸ਼ੇਅਰ ਕਰੂੰਗੀ। ਔਰ ਬਹੁਤ ਹੀ ਅੱਜ ਕੀ ਜੋ ਖਬਰੇ ਹੈ, ਕਿਉਂਕਿ ਆਪਕੋ ਪਤਾ ਹੈ ਕਿ ਬਸ ਇੱਕ ਦਿਨ ਰਹਿ ਗਿਆ ਹੈ ਉਸਕੇ ਬਾਅਦ ਜੋ ਇਹਤਜਾਜ ਹੋਣਾ ਹੈ, ਔਰ ਉਸਕੇ ਲਈ ਹਕੂਮਤ ਨੇ ਜੋ ਪਹਿਲੇ ਸੇ ਸਾਰੀ ਚੀਜ਼ੋਂ ਕੋ ਕੀ ਤਿਆਰੀ ਕੀ ਹੈ, ਵੋ ਕਿਆ ਕਿਆ ਕੀ ਹੈ, ਕੈਸੇ ਕੈਸੇ ਕੀ ਹੈ, ਵੋ ਸਭ ਚੀਜ਼ੇ ਜੋ ਹੈ ਵੋ ਵਨ ਬਾਏ ਵਨ ਮੈਂ ਆਪਕੇ ਸਾਹਮਣੇ ਰੱਖਣੇ ਜਾ ਰਹੀ ਹੂੰ। ਅਬ ਇਸਸੇ ਪਹਿਲੇ ਕਿ ਮੈਂ ਬਹੁਤ ਸੀਰੀਅਸ ਖਬਰੇ ਆਪਕੇ ਸਾਥ ਸ਼ੇਅਰ ਕਰੂੰ, ਕਿਉਂਕਿ ਮਜ਼ਾਕ ਚੱਲ ਰਿਹਾ ਹੈ, ਕਿਉਂਕਿ ਟ੍ਰੋਲਿੰਗ ਚੱਲ ਰਹੀ ਹੈ, ਤੋ ਬੁਸ਼ਰਾ ਬੀਬੀ ਕੇ ਕਿ ਜੋ ਮੀਮਸ ਬਣ ਰਹੇ ਹੈ, ਤੋ ਜ਼ਰਾ ਮੁਲਾਇਜ਼ਾ ਫਰਮਾਈਏ ਕਿਸ ਕਿਸ ਤਰ੍ਹਾਂ ਲੋਕ ਮਜ਼ਾਕ ਉਡਾ ਰਹੇ ਹੈ। ਯਹਾਂ ਤੱਕ ਕਿ ਲੋਕ ਨਕਲੀ ਅਰਬੀ ਬਣ ਕੇ ਯਾ ਹਬੀਬੀ ਹਈਆ ਹਈਆ ਕਰਕੇ ਕਿਆ ਕੁਛ ਕਰ ਰਹੇ ਹੈ। ਯੇ ਇੱਕ ਚੰਦ ਸੈਕਿੰਡ ਕਾ ਵੀਡੀਓ ਹੈ, ਹੈਵ ਅ ਲੁੱਕ। ਕੈਫ ਹਾਲੁ ਕਾ ਯਾ ਬਾਜਵਾ, ਇਹ ਕੀ ਚੀਜ਼ ਲਿਹਾਈ ਤੁਨ ਇਹਦੀ ਭੈਣ ਨੂੰ। ਜੀ ਤਾਂ ਦੇਖਾ ਆਪਨੇ ਕੈਸਾ ਲਗਾ। ਅੱਛਾ, ਸੋਸ਼ਲ ਮੀਡੀਆ ਕੇ ਉੱਪਰ ਇੱਕ ਔਰ ਹਸਨ ਨਿਸਾਰ ਕੇ ਹਵਾਲੇ ਸੇ ਜੋ ਹੈ ਵੋ ਟਵੀਟ ਕੀਆ ਹੈ ਜੀ ਐਡਵੋਕੇਟ ਮਦੀਹਾ ਸ਼ਾਹ ਨੇ। ਉਹਨੇ ਹਸਨ ਨਿਸਾਰ ਕਾ ਇੱਕ ਬਿਆਨ ਸ਼ੇਅਰ ਕੀਆ, ਆਈ ਡੋਂਟ ਨੋ ਇਹ ਸੱਚਾ ਹੈ ਜਾਂ ਸੱਚ ਮੇਂ ਮਜ਼ਾਕ ਹੈ, ਲੇਕਿਨ ਬਹਰਹਾਲ ਮੈਂ ਆਪਕੇ ਸਾਹਮਣੇ ਸ਼ੇਅਰ ਕਰਤੀ ਹੂੰ। ਉਹਨਾਂ ਨੇ ਹਸਨ ਨਿਸਾਰ ਕੇ ਹਵਾਲੇ ਸੇ ਇਸਕੋ ਸ਼ੇਅਰ ਕੀਆ ਔਰ ਕਿਹਾ ਕਿ ਹਸਨ ਨਿਸਾਰ ਕਿਹਾ ਕਰਦੇ ਥੇ ਕਿ ਬੁਸ਼ਰਾ ਬੀਬੀ ਸੇ ਸ਼ਾਦੀ ਕੇ ਬਾਅਦ ਯੇ ਤਾਨਾ ਇਮਰਾਨ ਖਾਨ ਕੋ ਉਸਕੀ ਬਹਿਨੋਂ ਕੀ ਤਰਫ ਸੇ ਮਿਲਤਾ ਥਾ ਕਿ ਯੇ ਤੁਮ ਕਿਆ ਉਠਾ ਕਰ ਲੇ ਆਏ ਹੋ, ਔਰ ਉਸੀ ਬਾਤ ਕੋ ਕਹਿਕਰ ਦੁਹਰਾ ਕਰ ਬੁਸ਼ਰਾ ਬੀਬੀ ਨੇ ਇਮਰਾਨ ਖਾਨ ਸੇ ਬਦਲਾ ਲੈ ਲਿਆ, ਉਨਕੀ ਬਹਿਨੋਂ ਸੇ ਬਦਲਾ ਲੈ ਲਿਆ। ਯੇ ਕਹਿਣਾ ਹੈ ਜੀ ਹਸਨ ਨਿਸਾਰ ਸਾਹਿਬ ਕਾ ਮੁਬੈਨਾ ਤੌਰ ਪੇ। ਇੱਕ ਔਰ ਅਕਾਊਂਟ ਨੇ ਜਨਾਬ ਹਬੀਬੀ ਹਈਆ ਹਈਆ ਕੀ ਤਸਵੀਰ ਸ਼ੇਅਰ ਕੀ, ਮਤਲਬ ਇੱਕ ਤਰਫ ਸਾਊਦੀਸ ਕੋ ਲਗਾਇਆ ਵਾ, ਇੱਕ ਤਰਫ ਇਮਰਾਨ ਖਾਨ ਖੜੇ ਹੈ, ਔਰ ਲਿਖਾ ਵਾ ਹੈ ਇੱਕ ਕੇ ਉੱਪਰ ਘੜੀ ਚੋਰ ਔਰ ਦੂਸਰੇ ਕੇ ਉੱਪਰ ਲਿਖਾ ਵਾ ਹੈ ਜੀ ਯੇ ਤੁਮ ਕਿਆ ਉਠਾ ਕਰ ਲਿਆ ਹੈ। ਤੋ ਯੇ ਤੁਮ ਕਿਆ ਉਠਾ ਕਰ ਲੇ ਆਏ ਹੋ, ਬੁਸ਼ਰਾ ਬੀਬੀ ਨੇ ਕਿਹਾ ਤਾ ਸਾਊਦੀਜ਼ ਕੀ ਤਰਫ ਸੇ ਇਲਜ਼ਾਮ ਲਗਾਤੇ ਹੋਏ ਕਿ ਉਹਨਾਂ ਨੇ ਕਿਹਾ ਤਾ ਇਮਰਾਨ ਖਾਨ ਕੇ ਬਾਰੇ ਮੇਂ ਕਿ ਯੇ ਤੁਮ ਕਿਆ ਉਠਾ ਕਰ ਲੇ ਆਏ ਹੋ, ਜਿਸ ਕਾ ਮੈਨੇ ਆਪਕੋ ਬਤਾਇਆ ਕਿ ਟੌਪ ਟ੍ਰੈਂਡ ਬਣਾ ਹੈ। ਤੋ ਬਹਰਹਾਲ ਆਪ ਲੋਕ ਦੇਖ ਰਹੇ ਹੈ ਜਨਾਬ ਕਿ ਕਿਸ ਕਿਸ ਤਰ੍ਹਾਂ ਕੇ ਮੀਮਸ ਜੋ ਹੈ ਵੋ ਬਣ ਰਹੇ ਹੈ, ਕਹੀਂ ਪਰ ਇਮਰਾਨ ਖਾਨ ਕੋ ਜੋ ਹੈ ਵੋ ਜੋਕਰ ਬਣਾ ਕਰ ਦਿਖਾ ਕਰ ਲੋਗੋਂ ਨੇ, ਮਤਲਬ ਸੋਸ਼ਲ ਮੀਡੀਆ ਪਰ ਇੱਕ ਤੂਫਾਨ ਆਇਆ ਹੈ। ਅਲੱਗ ਸੇ ਅਗਰ ਆਪ ਕਹੇ ਨਾ ਕਿ ਪੂਰਾ ਮੀਮਸ ਹੀ ਉੱਪਰ ਵੀਡੀਓ ਬਣਾ ਦਿਓ, ਤੋ ਯਕੀਨ ਕਰੇ ਕਿ ਇਤਨਾ ਇੰਟਰਸਟਿੰਗ ਵੀਡੀਓ ਬਣਾਏ ਕਿ ਜਿਸ ਕੀ ਕੋਈ ਇੰਤਹਾ ਨਹੀਂ ਹੈ। ਲੇਕਿਨ ਬਹਰਹਾਲ ਮੈਂ ਆਪਕੇ ਸਾਹਮਣੇ ਅਬ ਸੀਰੀਅਸ ਖਬਰੋਂ ਕੀ ਤਰਫ ਆਤੀ ਹੂੰ। ਮਰੀਮ ਨਵਾਜ਼ ਨੇ ਇਸਕੇ ਹਵਾਲੇ ਸੇ ਰੱਦ ਅਮਲ ਦਿਆ ਔਰ ਉਹਨਾਂ ਨੇ ਕਿਹਾ ਕਿ ਮੈਨੇ ਜਬ ਬੁਸ਼ਰਾ ਬੀਬੀ ਕਾ ਬਿਆਨ ਸੁਣਾ ਤੋ ਪਹਿਲੇ ਤੋ ਮੁਝੇ ਯੇ ਲਗਾ ਕਿ ਯੇ ਕੋਈ ਡਬਡ ਵੀਡੀਓ ਹੈ, ਯੇ ਓਰਿਜਿਨਲ ਵੀਡੀਓ ਹੀ ਨਹੀਂ ਹੈ। ਕਿਆ ਕਿਹਾ ਉਹਨਾਂ ਨੇ, ਹੈਵ ਅ ਲੁੱਕ। ਕੱਲ ਮੈਂ ਇੱਕ ਵੀਡੀਓ ਦੇਖ ਰਹੀ ਥੀ, ਮੈਂ ਓਨੈਸਟਲੀ ਸਮਝੀ ਕਿ ਵੋ ਵੀਡੀਓ ਡਬਡ ਹੈ, ਵੋ ਜਾਲੀ ਵੀਡੀਓ ਹੈ, ਲੇਕਿਨ ਵੋ ਸੱਚੀ ਮੈਨੇ ਜਬ ਪਤਾ ਕੀਆ ਤੋ ਪਤਾ ਚਲਾ ਕੱਲ ਕੀ ਵੀਡੀਓ ਹੈ। ਇੱਕ ਘਰੇਲੂ ਖਾਤੂਨ ਜਿਨਕਾ ਸਿਆਸਤ ਸੇ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ, ਕੱਲ ਉਹਨੇ ਜੋ ਪਾਕਿਸਤਾਨ ਕੇ ਉੱਪਰ ਹਮਲਾ ਕੀਆ ਹੈ, ਮੁਝੇ ਓਨੈਸਟਲੀ ਆਪਣੇ ਕਾਨੋਂ ਪਰ ਯਕੀਨ ਨਹੀਂ ਆਇਆ, ਆਪਣੀ ਆਂਖੋਂ ਪਰ ਯਕੀਨ ਨਹੀਂ ਆਇਆ। ਉਹਨਾਂ ਨੇ ਪਾਕਿਸਤਾਨ ਕੇ ਇੱਕ ਐਸੇ ਦੋਸਤ ਮੁਲਕ ਪਰ ਹਮਲਾ ਕੀਆ, ਜੋ ਹਰ ਮੁਸ਼ਕਿਲ ਮੇਂ, ਹਰ ਬੁਰੇ ਵਕਤ ਮੇਂ, ਹਰ ਕਠਿਨ ਵਕਤ ਮੇਂ ਪਾਕਿਸਤਾਨ ਕੇ ਸਾਥ ਖੜਾ ਰਹਾ, ਪਾਕਿਸਤਾਨ ਕੀ ਮਦਦ ਕੋ ਆਇਆ, ਔਰ ਇੱਕ ਰਿਲਾਇਬਲ ਫਰੈਂਡ ਹੈ ਪਾਕਿਸਤਾਨ ਕਾ, ਪਾਕਿਸਤਾਨ ਕਾ ਮੋਹਸਿਨ ਹੈ, ਉਸਕੇ ਉੱਪਰ ਉਹਨੇ ਹਮਲਾ ਕੀਆ, ਤੋ ਮੈਂ ਹੈਰਾਨ ਰਹਿ ਗਈ। ਔਰ ਮੈਂ ਨਹੀਂ ਮਾਨ ਸਕਤੀ ਕਿ ਉਨਕੋ ਇਸ ਚੀਜ਼ ਕੀ ਇਸਕੇ ਕੌਨਸੀਕੁਐਂਸਿਸ ਕਾ ਨਹੀਂ ਪਤਾ, ਪਾਕਿਸਤਾਨ ਕੇ ਉੱਪਰ ਇਸਕੇ ਕੌਨਸੀਕੁਐਂਸਿਸ ਕਾ ਨਹੀਂ ਪਤਾ, ਔਰ ਇਸਸੇ ਜੋ ਬਿਗਾੜ ਪੈਦਾ ਹੋਣੇ ਕਾ ਅੰਦੇਸ਼ਾ ਹੈ ਉਸਕੀ ਉਨਕੋ ਖਬਰ ਨਹੀਂ ਹੈ, ਮੈਂ ਯੇ ਨਹੀਂ ਮਾਨ ਸਕਤੀ। ਜਿਨ ਲੋਗੋਂ ਕੋ ਇਸ ਬਾਤ ਪਰ ਇਤਰਾਜ਼ ਥਾ ਕਿ ਕਿਉਂ ਨਹੀਂ ਆਖਿਰ ਅਬ ਤੱਕ ਜੋ ਹੈ ਵੋ ਸਜ਼ਾਏ ਸੁਣਾਈ ਜਾ ਰਹੀ 9 ਮਈ ਕੇ ਹਵਾਲੇ ਸੇ, ਤੋ ਆਖਿਰਕਾਰ ਅਦਾਲਤ ਨੇ 9 ਮਈ ਕੇ ਕੇਸ ਮੇਂ 10 ਮੁਲਜ਼ਮਾਨ ਕੋ ਅਬ ਤੱਕ ਜੋ ਹੈ ਵੋ ਸਜ਼ਾਏ ਸੁਣਾ ਦੀ ਹੈ, ਔਰ ਆਪਕੋ ਜਾਣਕਰ ਬਿਲਕੁਲ ਵੀ ਹੈਰਤ ਨਹੀਂ ਹੋਣੀ ਚਾਹੀਏ ਕਿ ਉਸਮੇਂ ਸੇ 4 ਜੋ ਹੈ ਵੋ ਅਫਗਾਨ ਸ਼ਹਿਰੀ ਵੀ ਸ਼ਾਮਿਲ ਹੈ। ਉਨਕੀ ਸ਼ਕਲੇ ਸ਼ਾਇਦ ਆਪਕੋ ਸਕਰੀਨ ਕੇ ਉੱਪਰ ਨਜ਼ਰ ਆ ਰਹੀ ਹੋ, ਮੈਂ ਆਪਕੇ ਸਾਥ ਤਫਸੀਲਾਤ ਸ਼ੇਅਰ ਕਰਤੀ ਹੂੰ। ਔਰ ਅਬ ਯਹਾਂ ਸੇ ਆਪਕੋ 100% ਇਸ ਬਾਤ ਕਾ ਯਕੀਨ ਆ ਚੁਕਾ ਹੋਗਾ
कि जिस तरह से इमरान खान ने अफगानिस्तान के लोगों को पाकिस्तान में लाकर बसाया, टीटीपी के लोगों को पाकिस्तान में बसाया, उनके डॉक्यूमेंट्स को बनवाया, उनके आईडी कार्ड्स को बनवाया, अपने वोट बैंक को बढ़ाने के लिए पाकिस्तान के अंदर उन्होंने खुद कन्फेशन किया। इमरान खान के वीडियोस मौजूद हैं जिसमें उन्होंने कहा कि हाँ उन्होंने ये सब कुछ किया था और उन्होंने ही यहाँ पाकिस्तान के अंदर अफगानियों का गंद डाला। गंद मैं इसलिए कह रही हूँ कि ठीक है मुस्लिम होने के नाते हमारे भाई हैं, लेकिन जिस तरह से वो पाकिस्तान के खिलाफ नफरत के बीज बो रहे हैं, जिस तरह से आपने देखा कि अफगानी जो है वो डिफरेंट तरह की ममालिक में जाके पाकिस्तान के झंडे जला रहे हैं, ये जो पासपोर्ट्स जलाने के वाकयात आ रहे हैं या जो खास तौर पर इस तरह के तकरीबी कार्रवाइयां करवाई जाती हैं पीटीआई की तरफ से, उसमें ज्यादातर जो जिनको आप पठान समझ रहे होते हैं वो असल में अफगानी होते हैं। अब इस्लामाबाद की इंसदादे दहशतगर्दी अदालत ने 9 मई के केस के पहले 10 मुजरमान जो हैं उनको सजाएं सुना दी हैं। इंसदादे दहशतगर्दी अदालत ने मुजरमान को 6 साल तक कैद और जुर्माने की सजाएं सुनाई है। कुल 17 मुजरमान के खिलाफ 10 मई को FIR 626/24 दर्ज की गई और नामजद मुलजमान में से एक को बाद अज़ तफ्तीश बरी कर दिया गया। नामजद मुलजमान में 6 रूपोश और 10 को सजाएं सुनाई गई। अदालत ने रूपोश मुलजमान के नाकाबिले जमानत वारंट गिरफ्तारी जारी कर दिए और उन्हें गिरफ्तार होते ही अदालत में पेश करने का हुक्म दे दिया। सजा याफ्ता मुजरमान में इस्लामाबाद के रिहायशी आबिद महमूद, उसके अलावा एहसन अयाज शौकत, बाजोड़ का रिहायशी जनाब नईमुल्ला जाकिरुल्ला और रावलपिंडी का रिहायशी मतीउल्ला, ये इसमें शामिल हैं। सजा याफ्ता 10 मुजरिमान में 4 अफगान शहरी हैं जो कि पाकिस्तान के मुख्तलिफ इलाकों में मुकीम थे, और सजा याफ्ता अफगान मुजरिमान में दाऊद खान उनके नाम है, यूनुस खान नाम है, एहसानुल्ला और लाल आगा, ये 4 जो हैं ये उनके नाम जो है वो शामिल हैं जो कि अफगानी थे जिनको पीटीआई ने लाकर 9 मई के दिन जो है ये सब चीजें करवाई। साथ ही मैं आपको बता दूं कि इस वक्त जब मैं ये वीडियो शूट कर रही हूं उस टाइम आरिफ अलवी जो है उन्होंने पेशावर में तमाम कारकुनान को इकट्ठा किया है और उनसे एहतजाज का हलफ लिया है, और ये हलफ लेने का जो तरीका है ये बुशा बीबी ने इजाद किया था और इमरान खान के दौरे हुकूमत में 9 मई आने से पहले भी आप लोगों ने देखा था कि इमरान खान इसी तरह से लोगों से हलफ उठवाते थे और उनसे कसमें दिलवाते थे कि आप लोग जो है वो जो आपको टास्क दिया गया है उसको पूरा करेंगे। आपको बताऊं कि आरिफ अलवी ने कहा कि इमरान खान हमारे दिल में धड़कन बन के धड़क रहा है, हमारे दिल नोच कर भी बानिया पीटीआई की मोहब्बत को खत्म नहीं किया जा सकता। आरिफ अलवी ने कहा बानिया पीटीआई की जिद्दोजहद आइन कानून और जमहूरियत की सरबुलंदी के लिए जिद्दोजहद की पादाश में आज इमरान खान नाकर्दा सुभान अल्लाह गुनाह की वजह से पाबंदे सलासल है। उन्होंने कहा कि 24 नवंबर को इस्लामाबाद की जानिब अवाम का सैलाब रवा होगा। उन्होंने पीटीआई के वर्कर कन्वेंशन से बात करते हुए कहा कि जब तक इमरान खान की रिहाई नहीं हो जाती, जब तक अडयाला जेल के ऊपर हमला नहीं हो जाता, तब तक हमारा एहतजाज जारी रहेगा। गुज़श्ता रोज भी उषा बीबी ने यह बात अपने बयान में साफ तौर पे कह दी थी कि अगर आपको कोई भिलाने फुसलाने की कोशिश करे, एहतजाज बंद करने की बात करे, तो आपने उस पर यकीन नहीं करना, बल्कि आपने ये याद रखना है कि जब तक इमरान खान जेल के ऊपर हमला करने के बाद छूटने के बाद इमरान खान बाहर निकलकर खुद नहीं कह देते कि मैं छूट के आ गया हूं, तब तक आपने यकीन नहीं करना और एहतजाज को जारी रखना है। पीटीआई वर्कर्स कन्वेंशन में आरिफ अलवी ने कारकुनों से बानिए पीटीआई इमरान खान की रिहाई का एहतजाज का जो हलफ है वो लिया, और उसके बाद आरिफ अलवी ने यह बताया कि मैं इमरान खान को मना कर रहा था कि असेंबलियों से इस्तीफा ना दें, लोगों ने बानिए पीटीआई को वोट दिया तो मैं समझ गया था कि मैं गलत था, जिसको अवाम से मोहब्बत है रियासत मदीना की बात करता है वो नफरत पालने वाला नहीं। उन्होंने कहा कि सारी ब्यूरोक्रेसी बेईमानी कर रही है और सब मिलकर लूट मार कर रहे हैं, ये सब कुछ उन्होंने कहा। और जनाब मेरा ख्याल है कि इस वीडियो को यहाँ तक ही रहने देते हैं, फिर अगले वीडियो में आपको बाकी की डिटेल्स बताऊंगी। इस वक्त हालात ख़राब करने की पूरी कोशिश की जा रही है बुशा बीबी की तरफ से, पीटीआई की तरफ से, और हैरत अंगेज बात यह है कि बुशा बीबी अपने और अपने वर्कर्स के पैरों पर कुल्हाड़ी इस तरह से मार रही हैं कि वो कह रही हैं कि हर वो शख्स जो एहतजाज के लिए निकलेगा और अपने साथ रैलीज को लेकर निकलेगा वो बाकायदा तौर पर उनका वीडियो बनाकर निकलेगा कि मैं इतने अफराद को अपने साथ लेकर जा रहा हूं, ताकि अगर हालात खराब हो जाए तो सोचें कि वो वीडियोस उनके खिलाफ एविडेंस के तौर पर इस्तेमाल होंगे। कुछ लोग अब इसके बारे में 2 नैरेटिव्स दे रहे हैं। एक वो हैं जो ये कह रहे हैं कि बुशा बीबी डील करके निकली हैं, लिहाजा वो खुद जानबूझ के इस तरह के बयान दे रही हैं ताकि बाकी का जो पंजाबी में कहते हैं पट्ठा बिठा देना, यानी भट्टा बिठा दें वो पूरी पार्टी का इमरान खान समेत। और फिर कुछ लोगों का ये भी कहना है कि
उसके बाद जब ये सारी पार्टी तबाह हो जाएगी तो बुशा बीबी वापस अपने पहले शौहर से रजू कर लेंगी। और कुछ लोगों का कहना है कि नहीं जी नहीं, बुशा बीबी ने डू और डाई जो का फैसला किया है वो इमरान खान की वजह से किया है, क्योंकि इमरान खान अब जिच हो गए हैं जेल के अंदर और वो ये सब कुछ कह रहे हैं। तीसरी तरफ जो पीटीआई के अपने वुजरा हैं वो अपना सर पकड़ के बैठे हुए हैं और वो बुशा बीबी के बयानात की वजह से शदीद तकलीफ और कर्ब का शिकार है, क्योंकि उन्हें समझ नहीं आ रहा कि इसके ऊपर क्लैरिफिकेशन क्या कब कैसे देनी है। तो जनाब बारी आप लोगों की, आइए कमेंट सेक्शन में और बताइए कि आप इस बारे में क्या सोचते समझते हैं। जो कुछ भी आप सोचते समझते हैं शेयर कीजिए, पर्सनली जवाब दूंगी। मजीद खबरें, व्लॉग्स, इंटरव्यूज और सियासी तजिए जानने के लिए मेरे साथ कनेक्टेड रहना हरगिज़ मत भूलिएगा। चैनल को सब्सक्राइब कर लीजिएगा। अपना बहुत ख्याल रखिएगा। अल्लाह ने के बाद।